हमारी भारत सरकार से और इंडियन एम्बेसी से हाथ जोड़कर विनती है कि हमें जल्द से जल्द यहाँ से निकाल लिया जाए। ਗਗਨਦੀਪ ਸਿੰਘ ਨਾਮ ਹੈ ਜੀ ਸਰ। ਜਦੋਂ ਗਿਆ ਉਸ ਤੋਂ ਬਾਅਦ ਕਿੰਨਾ ਚਿਰ ਸਾਡੇ ਨਾਲ ਗੱਲ ਨਹੀਂ ਹੋਈ, ਕਾਫੀ ਸਮਾਂ ਗੱਲ ਨਹੀਂ ਹੋਈ। ਜਦੋਂ ਉਹਨੇ ਗੱਲ ਕੀਤੀ ਹੈ ਤੇ ਉਹਨੇ ਕਿਹਾ ਵੀ ਸਾਨੂੰ ਉਧਰ ਰਸ਼ੀਆ ਦੀ ਪੁਲਿਸ ਨੇ ਫੜ ਕੇ ਤੇ ਆਰਮੀ ਦੇ ਹਵਾਲੇ ਕਰਤਾ, ਤੇ ਉਹਨਾਂ ਨੇ ਸਾਨੂੰ ਕਿਹਾ ਵੀ ਜਾਂ ਤੇ 10 ਸਾਲ ਦੀ ਕੈਦ ਕੱਟ ਲਓ ਤੇ ਜਾਂ ਫਿਰ 1 ਸਾਲ ਵਾਸਤੇ ਆਰਮੀ ਜੁਆਇਨ ਕਰੋ। ਇਸ ਕਰਕੇ ਸਰ ਉਹਨਾਂ ਨੇ ਡਰ ਦੇ ਵਿੱਚ ਆਣ ਕੇ ਤੇ ਜਿਹੜੇ ਫੋਰਮ 'ਤੇ ਉਹਨਾਂ ਨੇ ਸਾਈਨ ਕਰਵਾਏ ਉਹ ਵੀ ਫੋਰਮ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਉਹ ਭਾਸ਼ਾ ਦਾ ਨਹੀਂ ਪਤਾ ਕੀ ਲਿਖਿਆ, ਅਤੇ ਫਿਰ ਇਸ ਕਰਕੇ ਸਾਈਨ ਕਰਵਾ ਕੇ ਅਤੇ ਉਹਨਾਂ ਨੇ ਕੈਂਪ ਦੇ ਵਿੱਚ ਭੇਜ ਦਿੱਤਾ 15 ਦਿਨ ਦੀ ਟ੍ਰੇਨਿੰਗ ਵਾਸਤੇ। ਇਸ ਵਕਤ ਕਿੱਥੇ ਬੱਚੇ? ਇਸ ਵਿੱਚ 11 ਦਿਨ ਦੀ ਟ੍ਰੇਨਿੰਗ ਹੋ ਗਈ, ਉਸ ਤੋਂ ਬਾਅਦ ਜਿੱਥੇ ਉਹਨਾਂ ਕਬਜ਼ੇ ਕੀਤੇ ਹੋਏ ਆ ਯੂਕਰੇਨ 'ਚ ਉੱਥੇ ਭੇਜ ਦਿੱਤਾ ਹੋਇਆ। ਅੱਜ ਕੌਣ ਆਇਆ ਤੁਹਾਡੇ ਕੋਲ? ਸਾਡੇ ਕੋਲ ਮੰਤਰੀ ਸਾਹਿਬ ਧਾਰੀਵਾਲ ਸਾਹਿਬ ਆਏ ਜੀ, DC ਸਾਹਿਬ ਆਏ, ਹੋਰ ਕੁਝ ਪੁਲਿਸ ਅਫਸਰ ਸਾਰੇ ਆਏ, SDM ਸਾਹਿਬ ਆਇਆ ਜੀ। ਸਾਨੂੰ ਕਹਿ ਰਹੇ ਨੇ ਜੀ ਤੁਸੀਂ ਕੋਈ ਟੈਨਸ਼ਨ ਨਹੀਂ ਕਿਸੇ ਤਰ੍ਹਾਂ ਦੀ ਵੀ ਲੈਣੀ, ਅਸੀਂ ਪੰਜਾਬ ਸਰਕਾਰ ਜਿਹੜੀ ਹੈ ਤੁਹਾਡੇ ਨਾਲ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਾਂ, ਅਤੇ ਰੱਬ ਵਰਗਾ ਹੌਸਲਾ ਹੋਇਆ ਕਿ ਅਸੀਂ ਤੁਹਾਡੇ ਬੱਚੇ ਜਿਹੜੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਾਪਸ ਲਿਆਈਏ। ਜੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸਨੇ ਆਪਕਾ ਲੜਕਾ ਕੌਣ ਕੌਣ ਫਰੰਟ ਪਰ ਹੈ ਜੀ, ਸੋਸਾਇਟੀ ਵੀ ਛੋਟੀ ਥੋੜ੍ਹੀ। ਅਬ ਕਿਆ ਮੰਗ ਕਰ ਰਹੇ ਕਰਦੇ ਹਾਂ? ਅਸੀਂ ਇਹੀ ਮੰਗ ਕਰਨੇ ਹਾਂ ਪੰਜਾਬ ਸਰਕਾਰ ਤੋਂ, ਸੈਂਟਰ ਸਰਕਾਰ ਤੋਂ ਵੀ, ਕਿ ਸਾਡੇ ਬੱਚੇ ਜਿਹੜੇ ਨੇ ਕਿਸੇ ਵੀ ਤਰੀਕੇ ਨਾਲ ਜਲਦੀ ਤੋਂ ਜਲਦੀ ਘਰ ਲਿਆਂਦੇ ਜਾਣ ਜੀ। ਸਰ ਆਜ ਹਮ ਗੁਰਦਾਸਪੁਰ ਕੇ ਇੱਕ ਗਾਉਂ ਹੈ ਡੇਰੀਵਾਲ, ਜੋ ਬੀਤੇ ਕੱਲ ਕੀ ਨਿਊਜ਼ ਆ ਰਹੀ ਹੈ, ਹਮੇ ਤੋ ਅਖਬਾਰੋਂ ਕੇ ਥਰੂ ਹੀ ਪਤਾ ਲਗਾ ਕਿ ਹਮਾਰੇ ਕੋਈ 7 ਨੌਜਵਾਨ ਜੋ ਹੈ ਉਹ ਰਸ਼ੀਅਨ ਫੌਜ ਦੇ ਵਿੱਚ ਉਹਨਾਂ ਨੇ ਅੱਗੇ ਲਾ ਕੇ ਯੂਕਰੇਨ ਬਾਰਡਰ 'ਤੇ ਲੈ ਗਏ, ਉਹ ਟੂਰਿਸਟ ਵੀਜ਼ੇ 'ਤੇ ਗਏ ਥੇ। ਤੋ ਜੇ ਇੱਕ ਨੌਜਵਾਨ ਹੈ ਗਗਨਦੀਪ ਸਿੰਘ, ਜਿਸ ਕੇ ਘਰ ਮੈਂ ਆਇਆ ਹੂੰ, ਮੇਰੇ ਨਾਲ ਸਾਡੇ DC ਸਾਹਿਬ ਨੇ, SP ਸਾਹਿਬ ਨੇ, SDM ਸਾਹਿਬ ਨੇ, ਸਾਰੇ ਅਫਸਰ ਨੇ। ਤੋ ਇਸਕੇ ਬਾਅਦ ਹਮ ਜਾ ਰਹੇ ਹਾਂ ਦਰਾਂਗਲਾ ਔਰ ਦੀਨਾਨਗਰ ਮੇਂ, ਉਧਰ ਵੀ ਇੱਕ ਇੱਕ ਬੱਚਾ ਹੈ, 3 ਬੱਚੇ ਜੋ ਹੈ ਉਹ ਹੈ ਗੁਰਦਾਸਪੁਰ ਕੇ, ਇੱਕ ਬੱਚਾ ਹੈ ਸ਼ਾਹਪੁਰ ਕਾ, 2 ਬੱਚੇ ਹੈ ਉਹ ਹਰਿਆਣੇ ਕੇ। ਤੋ ਅਭੀ ਇੱਕ ਕਾ ਪਤਾ ਨਹੀਂ ਚਲਾ, ਪਰ ਲੱਗ ਜਾਏਗਾ ਪਤਾ, ਸਭੀ ਲੋਕੋ ਕੇ ਘਰ ਜਾਏਗੇ। ਔਰ ਮੇਰਾ ਜਾਣੇ ਕਾ ਜੋ ਮੰਤਵ ਸਿਰਫ ਇਤਨਾ ਹੈ ਕਿ ਪੰਜਾਬ ਕੇ ਪ੍ਰਿਯ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਮਾਰੀ ਡਿਊਟੀ ਲਗਾਈ ਹੈ, ਕਿਉਂਕਿ ਇਹਨਾਂ ਦਾ ਹੀ ਡਿਪਾਰਟਮੈਂਟ ਹੈ ਮੇਰੇ ਪਾਸ, PN ਸਾਰੇ ਪਰਿਵਾਰੋਂ ਕੋ ਮਿਲ ਕੇ ਆਓ, ਸਭੀ ਪਰਿਵਾਰੋਂ ਕੋ ਵਿਸ਼ਵਾਸ ਦਿਲਾਓ ਕਿ ਪੰਜਾਬ ਕੀ ਸਰਕਾਰ ਇਨਕੇ ਸਾਥ ਹੈ, ਜਬ ਤੱਕ ਇਨਕੇ ਬੱਚੇ ਵਾਪਸ ਨਹੀਂ ਆਤੇ, ਇਨਕੇ ਬੱਚਿਓਂ ਕੀ ਵਾਪਸੀ ਕੇ ਲੀਏ ਜਿਤਨਾ ਵੀ ਕਾਮ ਹਮੇ ਕਰਨਾ ਪੜੇਗਾ ਹਮ ਕਰੇਂਗੇ, ਜਬ ਤੱਕ ਉਹ ਵਾਪਸ ਨਹੀਂ ਆਤੇ ਤਬ ਤੱਕ ਹਮ ਸੁੱਖ ਕੀ ਨੀਂਦ ਨਹੀਂ ਸੋਏਂਗੇ। ਔਰ ਇਨਕੇ ਸਾਥ ਜੋ ਵੀ ਪੇਪਰ ਵਰਕ ਕਰਨਾ ਪਿਆ ਕੇਂਦਰ ਸਰਕਾਰ ਕੇ ਸਾਥ, ਰਸ਼ੀਅਨ ਗਵਰਨਮੈਂਟ ਕੇ ਸਾਥ, ਜੋ ਜੋ ਵੀ ਹਮੇ ਕਰਨਾ ਪੜੇਗਾ, ਤੋ ਹਮ ਚਾਹੇਂਗੇ ਕਿ ਵੋ ਸਹੀ ਸਲਾਮਤ ਹੋ। ਹਾਂ, ਸਭੀ ਵਿਦੇਸ਼ ਮੰਤਰੀ ਕੋ ਵੀ ਲੈਟਰ ਲਿਖਾ ਹੈ, ਔਰ ਜੋ ਰਸ਼ੀਆ ਕੇ ਅੰਦਰ ਹਮਾਰੇ ਮਿਸਟਰ ਹੈ ਮਿਸਟਰ ਕਪੂਰ, ਉਨਕੋ ਵੀ ਲੈਟਰ ਲਿਖਾ ਹੈ, ਜੋ ਵਿਦੇਸ਼ ਸਚਿਵ ਹੈ ਉਨਕੋ ਵੀ ਲਿਖਾ ਹੈ, ਜੋ ਰਸ਼ੀਅਨ ਇਮੀਗ੍ਰੇਸ਼ਨ ਕਾ ਹੈਡ ਹੈ ਉਨਕੋ ਵੀ ਲਿਖਾ, ਸਭੀ ਪਾਸੇ ਕੋਸ਼ਿਸ਼ ਕਰ ਰਹੇ, ਕਿਉਂਕਿ ਜੇ ਬੱਚੇ ਰਸ਼ੀਆ ਸੇ ਦੂਰ ਚਲੇ ਗਏ, ਯੂਕਰੇਨ ਮੇਂ ਚਲੇ ਗਏ ਬਾਰਡਰ ਪੇ, ਤੋ ਉਨਕੇ ਸਾਥ ਸੰਪਰਕ ਕਰਨਾ, ਅਭੀ ਇਨਸੇ ਹਮਨੇ ਨੰਬਰ ਵੀ ਲਿਆ ਹੈ, ਬੱਚੋਂ ਕੇ ਸਾਥ ਵੀ ਬਾਤ ਕਰੇਂਗੇ ਜੇ ਹੋਗੀ ਤੋ, ਜੈਸੇ ਵੀ ਹੋ ਜਿਨਸੇ ਵੀ ਬਾਤ ਕਰਨੀ ਪੜੇ, ਹਮਾਰੀ ਕੋਸ਼ਿਸ਼ ਹੈ ਮਾਨ ਸਾਹਿਬ ਕੀ ਹਮਾਰੀ ਕੋਸ਼ਿਸ਼ ਹੈ ਕਿ ਇਨਕੇ ਬੱਚੇ ਸਹੀ ਸਲਾਮਤ ਇਨਕੇ ਘਰ ਵਾਪਸ।